वेलकम टू गाइस, स्वागत है तुहाडा अपने एक होर नवे ब्लॉग विच। अज ते आपां करदे आ लिटल बॉय दा काम स्टार्ट। ओह वी यार, लिटल बॉय दा काम जिहा हो गया सीगा ओह करवा लईए। हुण आपां खड़ा के आउंदे आ जिम मिस्त्री दे कोल। यार ओहदे ते इक क्लच प्लेटां ही उड़ गईआं तीआं हुण पिछे वाले टायर, क्योंकि यार बड़े पै गए ना ओहदे करके। इक तां ओहदे स्टार चेंज होणे आ, स्टार करवा दईए चेंज। ते यार ओहदे करके ओहदीआं क्लच प्लेटां ही चले गईआं तीआं, ते ओह वी पवा दईए हुण, करवा दईए काम लिटल बॉय दा। फिर लाई करिए टोशन। बस यार हुण मैं वी पिंड नूं जा रिहा सीगा, ਬਸ ਹੁਣ ਜਾ ਕੇ ਪਹਿਲਾਂ ਲਿਟਲ ਬੋਆਏ ਨੂੰ ਧੋ ਦਈਏ, ਮਾੜਾ ਸਵਾਰ ਦਈਏ। ਲਿਟਲ ਬੋਆਏ ਵੀ ਬਹੁਤ ਗੰਦਾ ਪਿਆ ਯਾਰ, ਹੁਣ ਧੋ ਦਈਏ ਉਹਨੂੰ, ਸਵਾਰ ਦਈਏ। ਫਿਰ ਧੋ ਸਵਾਰ ਕੇ ਉਹਨੂੰ ਆਪਾਂ ਲੈ ਕੇ ਚੱਲਦੇ ਹਾਂ ਮਿਸਤਰੀ ਕੋਲ, ਬਾਕੀ ਦੇਖਦੇ ਹਾਂ ਮਿਸਤਰੀ ਕੀ ਕਹਿੰਦਾ। ਹੁਣ ਮੈਂ ਮਿਸਤਰੀ ਦੇ ਕੋਲ ਤੋਂ ਆਇਆ ਤਾ ਯਾਰ, ਉਹ ਮਿਲਿਆ ਨਹੀਂ, ਅਤੇ ਉਹਦਾ ਬੰਦਾ ਮਿਲਿਆ। ਉਹ ਕਹਿੰਦਾ ਯਾਰ ਤੂੰ ਟਰੈਕਟਰ ਖੜਾ ਜਾ। ਹੁਣ ਬਸ ਦੇਖਦੇ ਯਾਰ ਟਰੈਕਟਰ ਖੜਾ ਕੇ ਆਉਂਦੇ ਮਿਸਤਰੀ ਕੋਲ, ਫਿਰ ਕਰਾਉਣਾ ਤਾਂ ਆਪੇ ਪੈਣਾ, ਨਾਲ ਕੰਮ ਟਲੀ ਜਾਂਦਾ ਯਾਰ ਮਿਸਤਰੀ ਵੀ ਸਾਡਾ। ਉਹਦੇ ਬਾਅਦ ਨਾਲ ਟਰੈਕਟਰ ਟਰੂਟਰ ਖੜਾ ਕੇ ਇੱਕ ਦੋ ਦਿਨ 'ਚ ਕਰਾ ਦਈਏ ਫਿਰ ਤਿਆਰ ਟਰੈਕਟਰ ਨੂੰ। ਫਿਰ ਉਹਦੇ ਬਾਅਦ ਆਪਾਂ ਕਰਦੇ ਆ ਤਿਆਰੀ। ਹਾਲ ਦੇਖੋ ਗਾਈਸ, ਲਿਟਲ ਬੋਆਏ ਦਾ ਵਿਚਾਰਾ, ਇਹਦਾ ਹਾਲੇ ਬਹੁਤ ਬੁਰਾ ਹੋਇਆ ਹੋਇਆ। ਇਹਨੂੰ ਆਪਾਂ ਪਾਣੀ ਪੂਣੀ ਮਾਰ ਦਈਏ, ਕਰੀਏ ਸਟਾਰਟ ਲਿਟਲ ਬੋਆਏ ਨੂੰ, ਕਰਵਾਈਏ ਯਾਰ ਚੈੱਕ। ਫਿਰ ਦੇਖਦੇ ਯਾਰ ਸਟਾਰਟ ਹੋ ਜੂਗਾ ਕਿ ਨਹੀਂ। ਸਟਾਰਟ ਵੀ ਸੈਲਫ ਵੀ ਨਹੀਂ ਚੱਕਦਾ ਯਾਰ, ਇਹ ਚਾਬੀ ਵੀ ਇੱਥੇ ਰੱਖਣੀ ਪੈਂਦੀ ਗਾਈਸ। ਓਹੋ ਕਿੱਥੇ ਬੈਠ ਗਿਆ ਮੈਂ, ਕੱਪੜੇ ਲਿਬੜਨੇ ਨੂੰ। ਕਹਿੰਦੇ ਬਈ ਮੁੰਡੇ ਸੈਲਫ ਵੀ ਨਹੀਂ ਚੱਕਦਾ, ਲਿਟਲ ਬੋਏ ਸੈਲਫ ਵੀ ਨਹੀਂ ਚੱਕਦਾ। ਹੁਣ ਜੁਗਾੜ ਲਾਉਣਾ ਪੈਣਾ ਗਾਈਸ, ਲਿਟਲ ਬੋਏ ਸੈਲਫ ਨਹੀਂ ਚੱਕਣੀ ਇਹਨੇ। ਕਰੀਏ ਸਟਾਰਟ ਫਿਰ ਲਿਟਲ ਬੋਏ ਨੂੰ, ਕੱਢੀਏ ਬਾਹਰ। ਜਾਲਿਓ ਜਾਲੇ ਲੱਗੇ ਪਏ, ਬਹੁਤ ਬੁਰਾ ਹਾਲ ਹੋਇਆ ਹੋਇਆ ਸਾਡੇ ਝੋਟੇ ਦਾ। ਬਸ ਕਰਵਾ ਦੇਣਾ ਹੁਣ ਐਂਡ ਗੱਲਬਾਤ ਗਾਈਸ। ਦੇਖੀ ਪੈਗੀ ਦੀ ਧੱਕ, ਬਹੁਤ ਔਖਾ ਹੋਇਆ ਗਾਈਸ ਸਟਾਰਟ। ਇਹ ਕਹਿੰਦੇ ਬੈਲਟ ਕਰਤਾ ਸਰੀਆ ਵੀ, ਸਰੀਏ ਵਾਲੀ ਕਹਿੰਦੇ ਇਹਦਾ ਵੀ ਇੰਜਣ ਬੰਦਾ ਲਿਟਲ ਬੋਏ ਨੇ। ਬਹੁਤ ਔਖਾ ਸਟਾਰਟ ਹੋਇਆ, ਕਰੋ ਚੈੱਕ ਝੋਟੇ ਨੂੰ, ਉਹ ਹਾਲਤ ਖਰਾਬ ਹੋਈ ਹੋਈ ਆ। ਪਾਣੀ ਮਾਰ ਦਈਏ ਹੁਣ, ਸਿਰਾ ਕਰਾ ਲੈਣਾ ਆਪਾਂ ਨੇ ਹੁਣ ਸਿਰਾ। ਲਿਟਲ ਬੋਏ ਦੀ ਗੱਲਬਾਤ ਐਂਡ ਕਰ ਦੇਣੀ, ਤਾਂ ਬਾਬਾ ਕਿਰਪਾ ਕਰੇ ਅਤੇ ਟੋਸ਼ਨ ਲਾਈ ਕਰੀਏ, ਲਿਟਲ ਬੋਏ ਦਾ ਕਰਾ ਦਈਏ ਕੰਮ। ਬਾਕੀ ਗੱਲਬਾਤ ਓਕੇ ਆ, ਕਰੀਏ ਪਾਣੀ ਪੂਣੀ ਮਾਰ ਕੇ ਕੱਢੀਏ ਬਾਹਰ। ਉਹ ਬੁਰਾ ਹਾਲ ਹੈ ਝੋਟੇ ਦਾ ਮੇਰਾ, ਕੋਈ ਨਾ ਬਸ ਕਰਾ ਦਈਏ ਹੁਣ ਸਿਰਾ। ਹੱਲ ਵੀ ਖੋਲ੍ਹਣੇ ਇਹਦੇ, ਖੋਲ ਦਈਏ ਫਿਰ। ਕਹਿੰਦੇ ਲਿਟਲ ਬੋਏ ਆ, ਲਿਟਲ ਬੋਏ, ਫਿਰ ਚੱਲੀਏ ਇਹਨੂੰ ਲੈ ਕੇ ਮਿਸਤਰੀ ਦੇ ਕੋਲ, ਕਰਵਾਈਏ ਦਾ ਕੰਮ। ਹੈਗੀ ਤੱਕ ਬਾਕੀ ਯਾਰ, ਮੀਆਂ ਦਾ ਮੌਸਮ ਵੀ ਹੈ ਯਾਰ। ਕੱਢ ਲਿਆ ਲਿਟਲ ਬੋਏ, ਹੁਣ ਬਾਹਰ ਚੱਲੀਏ ਫਿਰ ਹੁਣ ਮਿਸਤਰੀ ਦੇ ਕੋਲ। ਕਹਿੰਦੇ ਬਾਈ ਮੁੰਡਾ ਹੀ ਕਿਤੇ ਪਹੁੰਚ ਗਏ, ਕਹਿੰਦੇ ਮਿਸਤਰੀ ਕੋਲ ਪਹੁੰਚ ਗਏ ਤੇ ਇਹਨੂੰ ਵੀ ਉਹੀ ਯਾਰ। ਕਿੰਨੇ ਦਿਨ ਲਾਉਗੇ? 15 ਬੱਲੇ ਬੱਲੇ ਯਾਰ, ਘੱਟ ਚ ਕਰ ਦੋ ਟੋਸ਼ਨ ਲਾਉਣਾ ਯਾਰ। 30 ਜਾਣਾ? ਹਾਂ ਬਣਾ ਦੋ ਗੱਲ ਬਾਈ। ਕਹਿੰਦੇ ਲਿਟਲ ਬੋਏ ਨੂੰ ਛੱਡ ਜਾਣਾ ਹੁਣ, ਬਾਕੀ ਵੀ ਜਰਾ ਖੋਲਣਾ ਫਿਰ ਮਿਸਤਰੀ। ਕਹਿੰਦੇ 12-14 ਦਿਨ ਲੱਗਣੇ ਆ ਹਲੇ ਮਿਸਤਰੀ ਨੂੰ, 5-6 ਦਿਨ ਗਏ ਤੇ ਆ ਮੁੰਡਾ ਹੀ ਇਹ 15 ਦਿਨ ਵਾਲਾ ਆ ਗਿਆ। ਤੇ ਤਿਆਰ ਵੀ ਕਰਨਾ, ਠੀਕ ਹੈ ਜੀ? ਹਾਂ ਮੁੰਡਿਆ ਸੈੱਟ ਹੈ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮਿਸਤਰੀ ਸਾਡਾ ਕਹਿੰਦਾ ਬਾਈ ਦਿਨ ਬਹੁਤ ਲੱਗਣੇ ਆ, ਦਿਨ ਬਹੁਤ ਲੱਗਣੇ, ਦੰਦ ਕੱਢੀ ਜਾਂਦਾ ਛੋਟਾ ਮਿਸਤਰੀ ਸਾਡਾ। ਬਾਕੀ ਦੇਖਦੇ ਆ, 4-5 ਦਿਨ ਕਹਿੰਦੇ ਆ, ਬਾਕੀ ਨਾਲ ਖਲਾ ਖਲੂਗੇ ਕਰਵਾ ਦਾਂਗੇ। ਓਕੇ ਗੱਲਬਾਤ, ਲਿਟਲ ਬੋਏ ਦੀ ਕਰਾਉਂਦੇ ਐਂਡ ਗੱਲਬਾਤ ਫਿਰ। ਹਾਂਜੀ ਗਾਈਸ, ਲਿਟਲ ਬੋਏ ਨੂੰ ਆਪਾਂ ਨੇ ਖੜਾ ਜਾਂਦਾ ਮਿਸਤਰੀ ਦੇ ਕੋਲ, ਜੋ ਕਹਿੰਦਾ ਯਾਰ ਕੱਲ੍ਹ ਨੂੰ ਜਾਣਾ ਏ ਕਿਤੇ, ਪਰਸੋਂ ਨੂੰ ਫਿਰ ਟਰੈਕਟਰ ਖੋਲ੍ਹਦੇ ਆ, ਬਾਕੀ ਜਾਵਾਂਗੇ ਉੱਥੇ ਹੀ ਯਾਰ, ਨਾਲ ਕਰਵਾਵਾਂਗੇ ਟਰੈਕਟਰ ਨੂੰ ਖੜਾਵਾਂਗੇ। ਹੁਣ ਤੁਹਾਨੂੰ ਮਿਲਦੇ ਆਪਾਂ ਪਰਸੋਂ ਬਲੌਗ ਦੇ ਨਾਲ, ਬਾਕੀ ਸ਼ੇਅਰ ਕਰ ਦਿਓ ਬਲੌਗ ਨੂੰ, ਠੀਕ ਹੈ? ਸਬਸਕ੍ਰਾਈਬ ਚੈਨਲ ਨੂੰ ਕਰ ਦਿਓ, ਬਾਕੀ ਹੁਣ ਬਲੌਗ ਆਉਣਗੇ, ਧੱਕੇ ਪੈਣੀ ਆ ਹੁਣ ਅੱਗੇ ਅੱਗੇ।